ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਗਹਿਣਿਆਂ ਉੱਤੇ 1% ਐਕਸਾਈਜ਼ ਡਿਊਟੀ ਵਧਾਈ ਗਈ ਸੀ, ਜਿਸ ਦਾ ਵਿਰੋਧ ਪੂਰੇ ਮੁਲਕ ਦੇ ਸ਼ਰਾਫਾ ਵਪਾਰੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਤਰਨ ਤਾਰਨ ਦੇ ਸ਼ਰਾਫਾ ਵਪਾਰੀਆਂ ਨੇ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਅਤੇ ਟੈਕਸ ਵਿੱਚ ਕੀਤੇ ਗਏ ਵਾਅਦੇ ਨੂੰ ਮੁਜ਼ਾਹਰਾਕਾਰੀਆਂ ਨੇ ਕਾਲੇ ਕਾਨੂੰਨ ਦਾ ਨਾਮ ਦਿੱਤਾ ਹੈ। ਇਸ ਤੋਂ ਇਲਾਵਾ ਮੁਜ਼ਾਹਰਾ ਕਰਨ ਤੋਂ ਬਾਅਦ ਦੁਕਾਨਦਾਰਾਂ ਨੇ ਤਰਨ ਤਾਰਨ ਦੇ ADC ਬਖਤਾਵਰ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ। ਹਰ ਵੇਲੇ ਅਸੀਂ ਸੁਣਦੇ ਹਾਂ ਮੇਕ ਇਨ ਇੰਡੀਆ ਮੇਕ ਇਨ ਇੰਡੀਆ। ਇੱਕ ਜਿਊਲਰੀ ਸੈਕਟਰ ਤੇ ਸਾਰਾ ਹੀ ਅਜੇ ਤੱਕ ਸਾਰੇ ਕੁੱਲ ਦੁਨੀਆ 'ਚ ਮੇਕ ਇਨ ਇੰਡੀਆ ਜਾਂਦਾ ਅਤੇ ਇਹ ਉਹਦੇ 'ਤੇ ਇੰਨਾ ਜ਼ਿਆਦਾ ਸਖਤੀ ਕਰਨਗੇ। ਅੱਜ 10 ਦਿਨ ਤਾਂ ਹੋ ਗਏ ਆ ਸਾਨੂੰ, ਅਸੀਂ ਸਾਰੀਆਂ ਦੁਕਾਨਾਂ ਬੰਦ ਨੇ। ਤੁਸੀਂ ਦੇਖੋ ਮੇਕ ਇਨ ਇੰਡੀਆ ਕਿੱਥੇ ਹੋ ਰਿਹਾ ਔਰ ਅਗਾਂਹ ਕਿਸ ਤਰ੍ਹਾਂ ਹੋਏਗਾ। ਇਹ ਅਸੀਂ ਇਨਡੈਫੀਨਿਟ ਸਟ੍ਰਾਈਕ 'ਤੇ ਚਲੇ ਗਏ ਹਾਂ ਔਰ ਜਿਹੜਾ ਕਿ ਅਸੀਂ ਅੱਜ ਮੈਮੋਰੈਂਡਮ ਦੇ ਦਿੱਤਾ DC ਸਾਹਿਬ ਨੂੰ ਔਰ ਮੇਰੇ ਖਿਆਲ ਦੇ ਵਿੱਚ ਸਾਨੂੰ DC ਸਾਹਿਬ ਨੇ ਤਾਂ ਠੀਕ ਸਾਡੇ ਨਾਲ ਕੋਪਰੇਟ ਕਰਨ ਦਾ ਵਾਅਦਾ ਦਿੱਤਾ ਹੈ, ਬਟ ਇਹ ਹੁਣ ਉੱਪਰੋਂ ਜੇਤਲੀ ਸਾਹਿਬ ਤੱਕ ਸਾਡੀ ਆਵਾਜ਼ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਜੀ। ਸਾਡਾ ਇਹ ਅੱਜ DC ਸਾਹਿਬ ਨੂੰ ਮੈਮੋਰੈਂਡਮ ਦੇਣ ਦਾ ਇੱਕੋ ਮਕਸਦ ਸੀ ਵੀ ਜਿਹੜੀ ਸੈਂਟਰ ਗੌਰਮੈਂਟ ਨੇ ਜੂਲਰੀ ਸੈਕਟਰ ਦੇ ਉੱਤੇ ਐਕਸਾਈਜ਼ 1% ਲਗਾਈ ਹੈ, ਇਹ ਸਾਰੇ ਛੋਟੇ ਛੋਟੇ ਦੁਕਾਨਦਾਰ ਇਸ ਨੂੰ ਨਾ ਤਾਂ ਸਮਝ ਸਕਦੇ ਆ ਨਾ ਇਸ ਟ੍ਰੇਡ ਨੂੰ ਅਸੀਂ ਚੱਲ ਸਕਦੇ ਹਾਂ, ਕਿਉਂਕਿ ਇਹਦੇ ਨਾਲ ਐਕਸਾਈਜ਼ ਡਿਊਟੀ ਨਾਲ ਇੱਕ ਮਹਿਕਮਾ ਐਡ ਹੋ ਰਿਹਾ ਵਾ। ਟੈਕਸ ਦੇਣ ਨੂੰ ਕੋਈ ਵੀ ਇਨਕਾਰ ਨਹੀਂ ਕਰਦਾ, ਲੇਕਿਨ ਇੱਕ ਮਹਿਕਮਾ ਐਡ ਹੋਣ ਕਰਕੇ ਉਹਦੀਆਂ ਫਾਰਮੈਲਿਟੀਆਂ ਸਾਡੇ ਵਾਸਤੇ ਅਫਸਰਸਾਈ ਵਧਣ ਕਰਕੇ ਅਸੀਂ ਉਹਨੂੰ ਟੋਲਰੇਟ ਨਹੀਂ ਕਰ ਸਕਦੇ। ਪੰਜਾਬ ਸਰਕਾਰ ਰਾਹੀਂ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿਆਂਗੇ, ਜੋ ਵੀ ਇਹਨਾਂ ਦੀਆਂ ਹੱਥੀ ਮੰਗਾਂ ਹੈ ਜੋ ਵੀ ਆਪਣੇ ਤਰੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਦੇਖੇਗੀ ਇਹਨਾਂ ਔਰ ਅਸੀਂ ਅੱਜ ਹੀ ਆਪਣਾ ਇਹ ਮੰਗ ਪੱਤਰ ਜੋ ਇਹਨਾਂ ਦਿੱਤਾ ਹੈ ਉਸ ਭੇਜ ਦਿਆਂਗੇ।